ਅਮਰੀਕਾ 'ਚ ਗਲੋਬਲ ਪੰਜਾਬ ਟੀ ਵੀ ਅਤੇ ਕੈਨੇਡਾ ਵਿੱਚ ਚੈਨਲ ਪੰਜਾਬੀ ਦੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਇਸ ਹਫ਼ਤਾਵਾਰੀ ਸ਼ੋਅ 30 ਮਿੰਟਸ ਵਿੱਚ ਸਵਾਗਤ ਹੈ। ਬੀਟਨ ਦੀ ਸ਼ੁਰੂਆਤ ਕਰ ਲੈਂਦੇ ਹਾਂ ਮੁੱਖ ਸੁਰੱਖਿਆ ਦੇ ਨਾਲ। ਨਿਊਯਾਰਕ ਅਤੇ ਨਿਊਜਰਸੀ ਸਮੇਤ ਕਈ ਸ਼ਹਿਰਾਂ 'ਚ ਆਇਆ ਸਨੋਅ ਅਤੇ ਸਟੋਰਮ ਤੂਫਾਨ ਨੇ ਕੀਤਾ ਜਨਜੀਵਨ ਨੂੰ ਪ੍ਰਭਾਵਿਤ। ਐਲਐਸਜੀ ਸਿੱਖ ਸੰਸਥਾ ਵੱਲੋਂ ਬੱਚਿਆਂ ਲਈ 5 ਰੋਜ਼ਾ ਗੁਰਮਤਿ ਕੈਂਪ ਦਾ ਕੀਤਾ ਗਿਆ ਆਯੋਜਨ, ਵੱਡੀ ਗਿਣਤੀ ਵਿੱਚ ਬੱਚਿਆਂ ਨੇ ਕੀਤੀ ਸ਼ਿਰਕਤ। ਸਨਕਾਟਾ ਬੰਗਾ ਦੇ ਦੀ ਸਫਲਤਾ ਤੋਂ ਬਾਅਦ ਫ੍ਰੀਮੈਂਟ ਵਿਖੇ ਕੀਤੀ ਗਈ ਧੰਨਵਾਦ ਪਾਰਟੀ, ਕਈ ਅਹਿਮ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ। ਹੁਣ ਜਾਣ ਲੈਂਦੇ ਹਾਂ ਖਬਰਾਂ ਵਿਸਥਾਰ ਦੇ ਨਾਲ। ਲੰਘੇ ਵੀਕਐਂਡ 'ਤੇ ਨਿਊਯਾਰਕ ਅਤੇ ਨਿਊਜਰਸੀ ਦੇ ਨਾਲ ਲੱਗਦੇ ਹੋਰ ਸ਼ਹਿਰਾਂ 'ਚ ਇੱਕ ਜ਼ਬਰਦਸਤ ਸਨੋਅ ਅਤੇ ਸਟ੍ਰੋਮ ਆਇਆ ਜਿਸਨੇ ਆਮ ਜਨਜੀਵਨ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਇਸ ਸਨੋਅ ਸਟ੍ਰੋਮ ਨਾਲ 20 ਦੇ ਕਰੀਬ ਮੌਤਾਂ ਵੀ ਹੋਈਆਂ। ਇਸ ਬਰਫੀਲੇ ਤੂਫਾਨ ਬਾਰੇ ਦੇਖਦਿਆਂ ਗਿੱਲ ਪ੍ਰਦੀਪ ਦੀ ਖਾਸ ਰਿਪੋਰਟ। ਸਟੋਮ ਦੇ ਨਾਲ ਨਾਲ ਹਵਾ ਤਕਰੀਬਨ 50 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਚੱਲੀ, ਜਿਸ ਦੇ ਨਾਲ ਮੌਸਮ ਜ਼ਿਆਦਾ ਖਰਾਬ ਹੋਣ ਕਰਕੇ ਪਬਲਿਕ ਟਰਾਂਸਪੋਰਟ ਨੂੰ ਪੂਰਨ ਰੂਪ ਵਿੱਚ ਬੰਦ ਕਰ ਦਿੱਤਾ ਗਿਆ। ਤੂਫਾਨ ਨੂੰ ਜ਼ਬਰਦਸਤ ਹੁੰਦੇ ਦੇਖ ਰੋਡ ਉੱਤੇ ਆਮ ਡਰਾਈਵਿੰਗ ਨੂੰ ਵੀ ਬੰਦ ਕਰ ਦਿੱਤਾ ਗਿਆ ਅਤੇ ਸੜਕਾਂ ਉੱਤੇ ਸਿਰਫ ਐਮਰਜੈਂਸੀ ਵਹੀਕਲ ਹੀ ਰਹੇ। ਇਸ ਤੂਫਾਨ ਨਾਲ ਨਿਊਯਾਰਕ ਵਿੱਚ 28 ਇੰਚ ਬਰਫ਼ਬਾਰੀ ਹੋਈ। ਬਰਫ਼ਬਾਰੀ ਦਾ ਆਨੰਦ ਮਾਣ ਰਹੀ ਪਬਲਿਕ ਇਸ ਸਮੇਂ ਕਾਫ਼ੀ ਖੁਸ਼ ਨਜ਼ਰ ਵੀ ਆਈ। ਇੱਥੇ ਪਿਛਲੇ 2 ਦਿਨ ਤੋਂ ਸਨੋ ਚੱਲ ਰਹੀ ਆ, ਲੇਕਿਨ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਗਲੀਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਸਫਾਈ ਦਾ ਕੋਈ ਅਰੇਂਜਮੈਂਟ ਨਹੀਂ ਕੀਤਾ ਗਿਆ। ਇਹ ਬੜਾ ਚਿੰਤਾ ਦਾ ਵਿਸ਼ਾ ਹੈਗਾ। ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਦੇ ਵਿੱਚ ਅਗਰ ਅਸੀਂ ਇਸ ਤਰ੍ਹਾਂ ਦੀ ਐਕਸਪੈਕਟੇਸ਼ਨ ਹੈਗੀ ਆ ਸਾਡੀ ਕਿ ਵੀ ਅਸੀਂ ਦੇਖ ਰਹੇ ਹਾਂ। ਬਰਫ਼ ਪੈ ਜਾਣ ਤੋਂ ਬਾਅਦ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਕਈ ਲੋਕਾਂ ਦੀਆਂ ਗੱਡੀਆਂ ਬਰਫ਼ ਵਿੱਚ ਦੱਬੀਆਂ ਗਈਆਂ, ਗੱਡੀਆਂ ਵੀ ਸੜਕਾਂ ਉੱਤੇ ਸਲਿੱਪ ਕਰ ਰਹੀਆਂ ਸਨ, ਜਿਸ ਦੇ ਨਾਲ ਖਾਣ ਪੀਣ ਦੀਆਂ ਵਸਤਾਂ ਤੇ ਹੋਰ ਚੀਜ਼ਾਂ ਦੀ ਡਿਲੀਵਰੀ ਵਿੱਚ ਵੀ ਰੁਕਾਵਟ ਆ ਗਈ। ਨਿਊਯਾਰਕ 2 ਦਿਨ ਪੂਰੀ ਤਰ੍ਹਾਂ ਬਰਫ਼ ਨਾਲ ਪ੍ਰਭਾਵਿਤ ਹੋਇਆ ਤੇ ਕੰਮਕਾਰ ਵੀ ਪੂਰੀ ਤਰ੍ਹਾਂ ਠੱਪ ਹੀ ਰਿਹਾ। ਬਰਫ਼ਬਾਰੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਕਾਫ਼ੀ ਪ੍ਰਬੰਧ ਕੀਤੇ ਗਏ ਸਨ, ਪਰ ਉਹ ਨਾ ਕਾਫ਼ੀ ਸਿੱਧ ਹੋਏ। ਪਰ ਫਿਰ ਕੁਝ ਵਪਾਰੀਆਂ ਵੱਲੋਂ ਇਸ ਤਰ੍ਹਾਂ ਦੀ ਸਥਿਤੀ ਵਿੱਚ ਪ੍ਰਸ਼ਾਸਨ ਵੱਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਸਰਾਹਿਆ ਗਿਆ। ਲੋਕਾਂ ਦੇ ਬਿਜ਼ਨਸ ਉੱਤੇ ਵੀ ਇਸ ਬਰਫ਼ਬਾਰੀ ਦਾ ਕਾਫ਼ੀ ਅਸਰ ਹੋਇਆ। ਇੱਥੇ ਵੀ ਗਲੀਆਂ ਦੇ ਵਿੱਚ ਬਹੁਤ ਜ਼ਿਆਦਾ ਸਨੋਅ ਪਈ ਹੋਈ ਹੈ, ਪਰ ਪ੍ਰਸ਼ਾਸਨ ਸਮੇਂ ਦੇ ਨਾਲ ਪਹਿਲੇ ਵੱਡੇ ਕੰਮ ਕਰਕੇ ਫਿਰ ਹੁਣ ਛੋਟੇ ਛੋਟੇ ਜਿਵੇਂ ਵਿਲੇਜ ਦੇ ਵਿੱਚ ਛੋਟੀਆਂ ਛੋਟੀਆਂ ਗਲੀਆਂ ਦੇ ਵਿੱਚ ਜਿਵੇਂ ਪ੍ਰਸ਼ਾਸਨ ਕੰਮ ਕਰ ਰਿਹਾ। ਪ੍ਰਸ਼ਾਸਨ ਦੀ ਮਦਦ ਨਾਲ ਬਹੁਤ ਵੱਡਾ ਜੋ ਸਥਾਨ ਅਮੈਰੀਕਾ ਇਹੋ ਜਿਹਾ ਦੇਸ਼ ਹੈ ਜੋ ਮਿੰਟੋ ਮਿੰਟ ਇੱਥੋਂ ਦੀ ਆਵਾਜਾਈ ਨੂੰ ਚਲਾ ਦਿੰਦਾ ਹੈ। ਜਿਹੜੀ ਨਿਊਯਾਰਕ ਵਿੱਚ ਪਰਸੋਂ ਰਾਤ ਤੋਂ ਸਨੋਅ ਸ਼ੁਰੂ ਹੋਈ ਹੈ, ਉਹਦੇ ਨਾਲ ਕਾਫ਼ੀ ਜ਼ਿਆਦਾ ਜੀਵਨ ਨੂੰ ਫਰਕ ਪਿਆ। ਲੋਕਾਂ ਦੇ ਸਾਰੇ ਬਿਜ਼ਨਸ ਠੰਡੇ ਪੈ ਗਏ ਹੈ ਔਰ ਪ੍ਰਸ਼ਾਸਨ ਨੇ ਬਹੁਤ ਅੱਛੇ ਤਰੀਕੇ ਨਾਲ ਰੋਡਸ ਕਲੀਨ ਕੀਤੀਆਂ, ਸਭ ਕੁਝ ਕੀਤਾ। ਜਿਹੜਾ ਕੱਲ੍ਹ ਤੋਂ ਗੱਡੀਆਂ ਵਗੈਰਾ, ਟ੍ਰੇਨਾਂ, ਬੱਸਾਂ ਸਭ ਚੱਲੀਆਂ ਬੰਦ ਸਨ, ਉਹ ਅੱਜ ਸਵੇਰੇ ਸ਼ੁਰੂ ਹੋਈਆਂ। ਸਨੋਅ ਕੱਲ੍ਹ ਦੀ ਬਹੁਤ ਪਈ ਹੈ ਇੱਥੇ ਨਿਊਯਾਰਕ 'ਚ, ਨਿਊਜਰਸੀ, ਸਾਰਾ ਜਨਜੀਵਨ ਠੱਪ ਹੋ ਗਿਆ। ਗਰੋਸਰੀ ਲਿਆਉਣ ਦੀ, ਕੰਮਕਾਜ 'ਤੇ ਜਾਣ ਦੀ ਹਰ ਇੱਕ ਦਿੱਕਤ ਆ ਰਹੀ ਹੈ। ਪ੍ਰਸ਼ਾਸਨ ਨੇ ਕੰਮ ਤਾਂ ਬਹੁਤ ਵਧੀਆ ਕੀਤਾ, ਸਾਰੀਆਂ ਰੋਡ ਹਾਈਵੇ ਸਾਰੇ ਕਲੀਅਰ ਕਰ ਦਿੱਤੇ ਹਨ, ਪਰ ਫਿਰ ਵੀ ਅਜੇ ਤੱਕ ਕੋਈ ਜ਼ਿਆਦਾ ਨਹੀਂ ਹੋ ਸਕਿਆ। ਇਸ ਸਨੋਅ ਸਟੋਰਮ ਦੇ ਨਾਲ ਲੋਕ ਆਪਣੇ ਘਰਾਂ ਵਿੱਚ ਹੀ ਰਹੇ ਅਤੇ ਉਹਨਾਂ ਨੂੰ ਸਿਰਫ ਐਮਰਜੈਂਸੀ ਵਿੱਚ ਹੀ ਬਾਹਰ ਆਉਣ ਲਈ ਕਿਹਾ ਗਿਆ ਸੀ। ਸਨੋਅ ਸਟੋਰਮ ਤੋਂ ਬਾਅਦ ਹੁਣ ਹੌਲੀ ਹੌਲੀ ਲੋਕਾਂ ਦੀ ਲਾਈਫ ਨੋਰਮਲ ਹੁੰਦੀ ਜਾ ਰਹੀ ਹੈ। ਟ੍ਰਾਈ ਸਟੇਟ ਏਰੀਏ ਦੇ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਔਰ ਕਾਫ਼ੀ ਉਹਦਾ ਨੁਕਸਾਨ ਆ ਜਿਹੜਾ ਹੋਇਆ। ਖਾਸ ਤੌਰ 'ਤੇ ਨਿਊਯਾਰਕ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਸਾਰੀਆਂ ਸਟ੍ਰੀਟਾਂ ਦੇ ਉੱਪਰ ਇਸ ਟਾਈਮ ਸਨੋਅ ਪਈ ਹੈ। ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਸੀ, ਪਰ ਜਿਹੜੀ ਬਰਫ਼ਬਾਰੀ ਆ ਉਹ ਉਮੀਦ ਤੋਂ ਜ਼ਿਆਦਾ ਹੋ ਗਈ, ਜਿਸ ਕਰਕੇ ਸਨੋਅ ਹਜੇ ਤੱਕ ਨਹੀਂ ਹਟੀ। ਸਨੋਅ ਤੋਂ ਬਾਅਦ ਕਾਫ਼ੀ ਜਿਹੜੇ ਉਹਦੇ ਪ੍ਰਭਾਵ ਦੇਖੇ ਜਾ ਰਹੇ ਨੇ। ਜਦੋਂ ਤੁਸੀਂ ਸ਼ਵਲ ਕਰਦੇ ਹੋ ਉਦੋਂ ਵੀ ਧਿਆਨ ਰੱਖਿਆ ਕਰੋ ਵੀ ਜ਼ਿਆਦਾ ਝੁੱਕ ਕੇ ਸ਼ਵਲ ਨਹੀਂ ਕਰਨਾ, ਤਾਂ ਕਿ ਇਨ ਫਿਊਚਰ ਕੋਈ ਪ੍ਰੋਬਲਮ ਨਾ ਆਵੇ। ਇਸੇ ਤਰ੍ਹਾਂ ਗੱਡੀਆਂ 'ਤੇ ਟਰਾਂਸਮਿਸ਼ਨ ਦੀ ਬੜੀ ਪ੍ਰੋਬਲਮ ਆਉਂਦੀ ਹੈ ਸਨੋਅ ਤੋਂ
ਬਾਅਦ ਗੱਡੀਆਂ ਜਿਹੜੀਆਂ ਉਹਨਾਂ ਨੂੰ ਆਪਾਂ ਜ਼ਿਆਦਾ ਜ਼ੋਰ ਲਾ ਕੇ ਜਦੋਂ ਸਨੋਅ ਦੇ ਵਿੱਚੋਂ ਕੱਢਦੇ ਹਾਂ ਤਾਂ ਉਹਦੇ ਟਰਾਂਸਮਿਸ਼ਨ ਦੀ ਪ੍ਰੋਬਲਮ ਆਉਂਦੀ ਹੈ। ਇਸ ਚੀਜ਼ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ। ਸਨੋਅ ਆ ਜਿਹੜੀ ਉਹ ਹਟ ਚੁੱਕੀ ਹੈ ਪਰ ਉਹਦੇ ਪ੍ਰਭਾਵ ਹਲੇ ਵੀ ਜਾਰੀ ਹੈ। ਜਨਜੀਵਨ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਪ੍ਰਭਾਵਿਤ ਹੋਇਆ ਇਸ ਸਨੋਅ ਤੋਂ। ਬੜਾ ਵੱਡਾ ਬਲੇਜ਼ਰਡ ਜਿਹੜਾ ਈਸਟ ਕੋਸਟ ਦੇ ਉੱਪਰ ਪੂਰੇ ਤੌਰ 'ਤੇ ਦੇਖਿਆ ਗਿਆ ਹੈ। ਨਿਊਯਾਰਕ ਤੋਂ ਗਿਲ ਪ੍ਰਦੀਪ, ਗਲੋਬਲ ਪੰਜਾਬ ਟੀਵੀ ਲਈ। ਅਮਰੀਕਾ 'ਚ AI ਟਰੱਕਿੰਗ ਕੰਪਨੀ ਚਲਾਉਣ ਵਾਲੇ ਗਾਖਲ ਭਰਾਵਾਂ ਨੇ ਟਰਾਂਸਪੋਰਟ ਦੇ ਇਸ ਖੇਤੇ 'ਚ ਟਰੱਕ ਆਪਰੇਟਰਾਂ ਲਈ ਇੱਕ ਹੋਰ ਨਵਾਂ ਉਤਸ਼ਾਹ OTR 360 ਕੰਪਨੀ ਖੋਲ੍ਹ ਕੇ ਪੈਦਾ ਕੀਤਾ ਹੈ। ਇਹ ਕੰਪਨੀ ਕੀ ਹੈ ਜਾਣਦੇ ਹਾਂ ਇਸ ਅਸ਼ੋਕ ਭੌਰਾ ਦੀ ਰਿਪੋਰਟ ਰਾਹੀਂ। ਪਿਛਲੇ 25 ਸਾਲਾਂ ਤੋਂ ਟਰੱਕਿੰਗ ਕਾਰੋਬਾਰ ਨੂੰ ਸਫਲਤਾ ਨਾਲ ਚਲਾਉਣ ਵਾਲੇ ਗਾਖਲ ਭਰਾ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਜਿੱਥੇ ਟਰਾਂਸਪੋਰਟ ਦੇ ਬਰੀਕ ਨੁਕਤਿਆਂ ਨੂੰ ਸਮਝਦੇ ਨੇ, ਉੱਥੇ ਹੀ ਖਾਸ ਕਰਕੇ ਪੰਜਾਬੀ ਕਮਿਊਨਿਟੀ ਵਿੱਚ ਕਾਰੋਬਾਰ ਦੇ ਨਾਲ ਨਾਲ ਆਪਣੀਆਂ ਹੋਰ ਸਮਾਜਿਕ ਗਤੀਵਿਧੀਆਂ ਕਰਕੇ ਵੀ ਬੇਹੱਦ ਸਤਿਕਾਰੇ ਜਾਂਦੇ ਨੇ। ਸਰਦਾਰ ਅਮੋਲਕ ਸਿੰਘ ਗਾਖਲ ਨੇ ਦੱਸਿਆ ਕਿ ਉਹਨਾਂ ਵੱਲੋਂ ਅਮਰੀਕਾ ਭਰ 'ਚ ਸ਼ੁਰੂ ਕੀਤੀ ਗਈ ਸੁਵਿਧਾ ਨਾਲ ਟਰੱਕ ਆਪਰੇਟਰ ਕਿਸੇ ਵੀ ਗੈਸ ਸਟੇਸ਼ਨ ਤੋਂ ਡਿਸਪਲੇ ਕੀਤੇ ਗੈਸ ਦੇ ਰੇਟਾਂ ਨਾਲੋਂ 15 ਸੈਂਟ ਪ੍ਰਤੀ ਗੈਲਨ ਸਸਤੀ ਗੈਸ ਪ੍ਰਾਪਤ ਕਰ ਸਕਣਗੇ। ਅਸੀਂ ਗਾਖਲ ਭਰਾ ਪਿਛਲੇ 25 ਸਾਲ ਤੋਂ A&I ਟਰੱਕਿੰਗ ਚਲਾ ਰਹੇ ਹਾਂ। ਸੋ ਸਾਨੂੰ ਟਰਾਂਸਪੋਰਟੇਸ਼ਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਪਤਾ ਆ। ਸੋ ਅਸੀਂ ਇੱਕ ਨਵਾਂ ਫਿਊਲ ਕਾਰਡ ਲੈ ਕੇ ਆ ਰਹੇ ਹਾਂ ਜਿਹਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਡੇ ਡਰਾਈਵਰ ਭਰਾ, ਟਰਾਂਸਪੋਰਟਰ ਭਰਾ ਇਹਦਾ ਬੈਨੀਫਿਟ ਲੈਣ ਅਤੇ ਆਪਣੀ ਇਨਕਮ 'ਚ ਸਾਲਾਨਾ ਵਾਧਾ ਕਰਨ। ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਫਿਊਲ ਕਾਰਡ ਵਿਵਸਥਾ ਨਾ ਸਿਰਫ ਇਸ ਖੇਤੇ ਨੂੰ ਉਤਸ਼ਾਹਿਤ ਕਰੇਗੀ ਸਗੋਂ ਪੰਜਾਬੀ ਟਰੱਕ ਆਪਰੇਟਰਾਂ ਲਈ ਇਸ ਕਿੱਤੇ ਨੂੰ ਹੋਰ ਵੀ ਲਾਹੇਵੰਦ ਬਣਾ ਦੇਵੇਗੀ। ਤਕਰੀਬਨ 200 ਤੋਂ ਵੱਧ ਆਪਣੇ ਨਿੱਜੀ ਟਰੱਕਾਂ ਵਾਲੀ AI ਟਰੱਕਿੰਗ ਕੰਪਨੀ ਤੋਂ ਸਿਵਾ ਗਾਖਲ ਭਰਾਵਾਂ ਦੇ ਗੋਲਡਨ ਜਿਮ ਅਤੇ ਮੋਟਲ ਦਾ ਸਫਲ ਕਾਰੋਬਾਰ ਵੀ ਹੈ। ਅਮਰੀਕਾ ਵਿੱਚ ਵਰਲਡ ਕਬੱਡੀ ਕੱਪ ਕਰਾਉਣ ਦੇ ਨਾਲ ਨਾਲ ਇਸ ਵੇਲੇ ਬਾਲੀਵੁੱਡ ਅਤੇ ਪਾਲੀਵੁੱਡ ਫਿਲਮ ਨਿਰਮਾਣ 'ਚ ਵੀ ਕਾਫੀ ਸਰਗਰਮ ਨੇ। ਵਾਟਸਨਵੈਲ ਕੈਲੀਫੋਰਨੀਆ ਤੋਂ ਇਸ ਅਸ਼ੋਕ ਪੌਰਾ ਦੇ ਨਾਲ ਅਰਸ਼ਦੀਪ ਸਿੰਘ, ਗਲੋਬਲ ਪੰਜਾਬ ਟੀਵੀ। ਮਾਲਵਾ ਬ੍ਰਦਰਸ ਆਫ ਆਰਗੇਨਾਈਜੇਸ਼ਨ ਵੱਲੋਂ ਆਪਣਾ 10ਵਾਂ ਸਾਲਾਨਾ ਪ੍ਰੋਗਰਾਮ ਆਉਣ ਵਾਲੀ 19 ਤਰੀਕ ਨੂੰ ਗੋਲਡਨ ਟੈਰੇਟਰੀ ਬੈਂਟੁਕ ਹਾਲ ਵਿੱਚ ਉਲੀਕਿਆ ਗਿਆ ਹੈ, ਜਿਸ 'ਚ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਅਮਰੀਕਾ ਦੇ ਇਲੈਕਟਡ ਅਫੀਸ਼ੀਅਲ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ਸੰਬੰਧੀ ਗਿਲ ਪ੍ਰਦੀਪ ਦੀ ਖਾਸ ਰਿਪੋਰਟ ਕੀ ਕਹਿੰਦੀ ਹੈ, ਆਓ ਜਾਣਦੇ ਹਾਂ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ਕਰਦੇ ਹੋਏ ਮਾਲਵਾ ਬ੍ਰਦਰਸ ਦੇ ਸਾਰੇ ਮੈਂਬਰਾਂ ਵੱਲੋਂ ਅਮਰੀਕਨ ਆਫੀਸ਼ੀਅਲ ਦੇ ਨਾਲ ਇੱਕ ਗੈਟ ਟੁਗੈਦਰ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿੱਚ ਉਹਨਾਂ ਨੂੰ 19 ਫਰਵਰੀ ਲਈ ਇਨਵਾਈਟ ਕੀਤਾ ਗਿਆ। ਅਮਰੀਕਨ ਲੀਡਰਸ ਅਤੇ ਪੰਜਾਬੀ ਜਥੇਬੰਦੀਆਂ ਦੇ ਵੱਲੋਂ ਇਹ ਪ੍ਰੋਗਰਾਮ ਕਰਵਾਉਣ ਦੇ ਨਾਲ ਪੰਜਾਬੀਆਂ ਅਤੇ ਅਮਰੀਕਨ ਲੋਕਾਂ ਦੇ ਵਿੱਚ ਆਪਣੀ ਭਾਈਚਾਰਕ ਸਾਂਝ ਨੂੰ ਵੱਡਾ ਹੁੰਗਾਰਾ ਮਿਲੇਗਾ। ਅਮਰੀਕਨ ਲੀਡਰਸ ਜੋ ਇਸ ਫੰਕਸ਼ਨ ਦੇ ਵਿੱਚ ਸ਼ਾਮਿਲ ਹੋਣਗੇ ਉਹਨਾਂ ਵਿੱਚ ਚੀਫ ਗੈਸਟ ਕਾਂਗਰਸਮੈਨ ਜੋ ਕਰੋਲੀ, ਕਾਂਗਰਸ ਵਿਮੈਨ ਗ੍ਰੇਸਮੈਨ, ਕੰਟਰੋਲਰ ਨਿਊਯਾਰਕ ਸਿਟੀ ਸਕਾਟ ਸਟ੍ਰਿੰਗਰ, ਸੈਨੇਟਰ ਜੋ ਐਡੇਬੇ, ਅਸੈਂਬਲੀਮੈਨ ਮਾਈਕ ਮਿਲਰ, ਅਸੈਂਬਲੀ ਵਿਮੈਨ ਕੈਥਰੀਨ ਨੋਟਨ, ਕੌਂਸਲ ਮੈਂਬਰ ਅਲਿਜ਼ਾਬੈਥ ਕਰੋਲੀ, ਕੁਈਨਜ਼ਬਰੋ ਪ੍ਰੈਜ਼ੀਡੈਂਟ ਮਲਿੰਡਾ ਕੈਟਸੇ ਨਾਂ ਸ਼ਾਮਿਲ ਨੇ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦੇ ਵਿੱਚ 9-11 ਦੀਆਂ ਵਿਕਟਮ ਫੈਮਿਲੀਜ਼, ਆਰਮੀ ਵੈਟਰਨਸ ਅਤੇ ਓਵਰਸੀਜ਼ ਵਰੀਅਰਜ਼ ਨੂੰ ਸਨਮਾਨਿਤ ਵੀ ਕੀਤਾ ਜਾਏਗਾ। ਪੰਜਾਬੀਆਂ ਵਿੱਚ ਵੀ ਕੁਝ ਨੌਜਵਾਨ ਮੁੰਡੇ ਕੁੜੀਆਂ ਨੂੰ ਸਨਮਾਨਿਤ ਕੀਤਾ ਜਾਏਗਾ ਜੋ ਕਿ ਪੜ੍ਹ ਲਿਖ ਕੇ ਨਿਊਯਾਰਕ ਦੇ ਵਿੱਚ ਵਧੀਆ ਸਰਕਾਰੀ ਜੌਬਸ 'ਤੇ ਲੱਗੇ ਨੇ। ਇਸ ਤਰ੍ਹਾਂ ਦੇ ਸਨਮਾਨਾਂ ਨਾਲ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਹੋਵੇਗੀ ਅਤੇ ਹੋਰ ਬੱਚਿਆਂ ਦੇ ਵਿੱਚ ਵੀ ਚੰਗੀ ਜੌਬ ਪ੍ਰਾਪਤ ਕਰਨ ਦੀ ਰੁਚੀ ਵਧੇਗੀ। ਇੱਥੇ ਗੱਲ ਜ਼ਿਕਰਯੋਗ ਹੈ ਕਿ ਕਰਮਜੀਤ ਧਾਲੀਵਾਲ ਦੇ ਵੱਲੋਂ ਸਮੇਂ-ਸਮੇਂ 'ਤੇ ਅਮਰੀਕਨ ਚਰਚਜ਼ ਨੂੰ ਅਤੇ ਹੋਰ ਜਥੇਬੰਦੀਆਂ ਨੂੰ ਫੰਡ ਦੇ ਕੇ ਉਹਨਾਂ ਦੀ ਸਹਾਇਤਾ ਕੀਤੀ ਜਾਂਦੀ ਰਹੀ ਹੈ। ਇਹਨਾਂ ਸੇਵਾਵਾਂ ਦੇ ਲਈ ਹੀ ਉਹਨਾਂ ਨੂੰ ਕਈ ਵਾਰ ਸਨਮਾਨਿਤ ਵੀ ਕੀਤਾ ਗਿਆ। ਇੱਥੇ ਗੱਲ ਵੀ ਜ਼ਿਕਰਯੋਗ ਹੈ ਕਿ ਨਿਊਯਾਰਕ ਵਿੱਚ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬੀ ਜਥੇਬੰਦੀ ਵੱਲੋਂ ਹੋਣ ਵਾਲੇ ਪ੍ਰੋਗਰਾਮ ਦੇ ਵਿੱਚ ਅਮਰੀਕਨ ਇਲੈਕਟਿਡ ਆਫੀਸ਼ੀਅਲ ਲੋਕਾਂ ਨੂੰ ਆਉਣ ਦੀ ਅਪੀਲ ਕਰ ਰਹੇ ਨੇ।
I'm very supportive of Kabajit, the Malva Group, and I look forward to February 19th when we can have as many people from the Sikh and Indian community to be there. I'm going to be there. I know a number of elected officials will be there as well. It'll be a great event. We hope you can all make it. We have a wonderful celebration on February 19th. Malva Brothers, a phenomenal organization. They do so much for people, and that's why I'm coming out to support the event. Karmajit, the whole group of guys, they do phenomenal work, and we need to be out there supporting them. ਕਰਮਜੀਤ ਧਾਲੀਵਾਲ ਨੇ ਗਲੋਬਲ ਪੰਜਾਬ ਟੀਵੀ ਦੇ ਨਾਲ ਗੱਲਬਾਤ ਕਰਦਿਆਂ ਸਾਰਿਆਂ ਨੂੰ ਇਸ 10ਵੇਂ ਐਨੂਅਲ ਗਾਲਾ ਇਵੈਂਟ ਦੇ ਵਿੱਚ ਸ਼ਾਮਿਲ ਹੋਣ ਲਈ ਅਪੀਲ ਵੀ ਕੀਤੀ। ਸਾਰੇ ਕਮਿਊਨਿਟੀ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿੰਨੇ ਅਮੈਰੀਕਨ ਕਾਂਗਰਸਮੈਨ ਦੋ ਜੋ ਕਰੋਲੀ ਗ੍ਰੇਸ ਮੈਂਗ ਅਤੇ ਅਸੈਂਬਲੀ ਲੀਡਰ ਮੈਨ ਵੂਮੈਨ ਜੋ ਵੀ ਆ ਸਿਟੀ ਕੌਂਸਲਰ ਵਗੈਰਾ ਔਰ ਬਾਕੀ ਸਟੇਟ ਸੈਨੇਟਰ ਸਾਰੇ ਆਉਣਗੇ ਪਲੀਜ਼ ਆਓ ਅਤੇ ਵੱਧ ਚੜ੍ਹ ਕੇ ਜੋ ਪ੍ਰੋਬਲਮ ਆਪਾਂ ਇਹਨਾਂ ਨਾਲ ਸ਼ੇਅਰ ਕਰੀਏ ਅਮੈਰੀਕਨ ਅਫੀਸ਼ਲਾਂ ਨਾਲ ਪਤਾ ਲੱਗੇ ਅਤੇ ਮਾਲਵਾ ਨੂੰ ਸਪੋਰਟ ਕਰਵਾ ਕੇ ਜੋ ਇਹਨਾਂ ਨੇ ਫੰਕਸ਼ਨ ਸ਼ੁਰੂ ਕੀਤਾ 19 ਤਰੀਕ ਨੂੰ ਇਹ ਜਿੰਨੇ ਵੀ ਬੰਦੇ ਬੜੇ ਪਾਵਰਫੁਲ ਪੋਲੀਟੀਸ਼ੀਅਨ ਸਾਡੇ ਕੋਲ ਪਹੁੰਚ ਰਹੇ ਆ ਮੇਰੇ ਵੱਲੋਂ ਸਾਰੇ ਆਪਣੇ ਭਰਾਵਾਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਉਸ ਦਿਨ ਅਟੈਂਡੈਂਸ ਦਿਖਾਓ ਆਪਣੀ ਯੂਨਿਟੀ ਦਿਖਾਓ ਇਹਨਾਂ ਨੂੰ ਪਤਾ ਲੱਗੇ ਕਿ ਜਿਹੜੀ ਸਿੱਖ ਕੌਮ ਆ ਉਹ ਇੱਕ ਸਟੈਂਡ ਅਪ ਕੌਮ ਆ ਕਿ ਜਿਹੜੀ ਆਈਡੈਂਟੀ ਸਾਡੀ ਆ ਉਹ ਕਲੀਅਰ ਆਈਡੈਂਟੀ ਬਣੀ ਰਹੇ ਕਿ ਅਸੀਂ ਲੋਕਾਂ ਨੂੰ ਇਸ ਗੱਲ ਲਈ ਐਜੂਕੇਟ ਕਰ ਸਕੀਏ। ਸੋ ਪ੍ਰਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਪੰਜਾਬੀ ਕਮਿਊਨਿਟੀ ਤੋਂ ਬਾਹਰ ਨਿਕਾਲ ਕੇ ਆਪਣੀ ਪਹਿਚਾਣ ਬਣਾਉਣ ਦੀ ਲੋੜ ਹੈ ਤਾਂ ਜੋ ਦੁਨੀਆ ਨੂੰ ਪੰਜਾਬੀਆਂ ਬਾਰੇ ਦੱਸਿਆ ਜਾ ਸਕੇ। ਅੱਜ ਲੋੜ ਹੈ ਪੰਜਾਬੀ ਭਾਈਚਾਰੇ ਨੂੰ ਆਪਸੀ ਝਗੜਿਆਂ ਨੂੰ ਖਤਮ ਕਰਕੇ ਇਸ ਤਰ੍ਹਾਂ ਦੇ ਸਮਾਗਮ ਉਲੀਕਣ ਦੀ ਤਾਂ ਜੋ ਪੰਜਾਬੀਆਂ ਨੂੰ ਅਮਰੀਕਾ ਵਿੱਚ ਪੂਰੇ ਸਨਮਾਨ ਦੇ ਨਾਲ ਪਹਿਚਾਣਿਆ ਜਾਵੇ। ਨਿਊਯਾਰਕ ਤੋਂ ਗਿਲਪ੍ਰਦੀਪ ਦੇ ਨਾਲ ਅਰਸ਼ਦੀਪ, ਗਲੋਬਲ ਪੰਜਾਬ ਟੀਵੀ। ਡੈਲਸ ਦੀ ਸਿੱਖ ਸੰਸਥਾ ਕੈਂਪ ਵੱਲੋਂ ਬੱਚਿਆਂ ਲਈ 5 ਰੁੱਧਾ ਗੁਰਮਤਿ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ 'ਚ 92 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਇਸ ਕੈਂਪ ਬਾਰੇ ਦੇਖਦਿਆਂ ਹਰਜੀਤ ਸਿੰਘ ਢੇਸੀ ਦੀ ਰਿਪੋਰਟ ਕੀ ਕਹਿੰਦੀ ਹੈ। ਇਹ ਗੁਰਮਤਿ ਕੈਂਪ 19 ਦਸੰਬਰ ਤੋਂ ਲੈ ਕੇ 24 ਦਸੰਬਰ ਤੱਕ ਚੱਲਿਆ, ਜਿਸ 'ਚ ਵਿਦਿਆਰਥੀਆਂ ਨੂੰ ਗੁਰਮਤਿ ਗਿਆਨ, ਕੀਰਤਨ ਅਤੇ ਗੱਤਕਾਂ ਅਤੇ ਸਿੱਖ ਇਤਿਹਾਸ ਦੇ ਬਾਰੇ ਜਾਣਕਾਰੀ ਦਿੱਤੀ ਗਈ। ਇਹ ਕੈਂਪ ਮਾਤਾ ਭਾਗ ਕੌਰ ਨੂੰ ਸਮਰਪਿਤ ਸੀ। ਇਸ ਕੈਂਪ 'ਚ ਜਸਵੀਰ ਕੌਰ ਸ਼ਿਕਾਗੋ, ਡਾਕਟਰ ਜਸਮੀਤ ਸਿੰਘ ਹਿਊਸਟਨ, ਜਥੇਦਾਰ ਦੀਪ ਸਿੰਘ ਗੱਤਕਾ ਮਾਸਟਰ ਨਿਊਯਾਰਕ, ਹਰਲੀਵ ਕੌਰ ਐਂਟਾਰੀਓ, ਭਾਈ ਮਨਮੋਹਨ ਸਿੰਘ ਸੈਨ ਹੌਜ਼ੇ, ਤਰਨਜੀਤ ਸਿੰਘ ਤਬਲਾ ਵਾਦਕ ਡੈਲਸ ਨੇ ਬਤੌਰ ਅਧਿਆਪਕ ਸੇਵਾ ਨਿਭਾਈ। ਇਸ ਕੈਂਪ ਪ੍ਰਤੀ ਬੱਚਿਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਹਨਾਂ ਵੱਲੋਂ ਸਿੱਖ ਧਰਮ ਬਾਰੇ ਵਡਮੁੱਲੀ ਜਾਣਕਾਰੀ ਹਾਸਲ ਕੀਤੀ ਗਈ। ਬੱਚਿਆਂ ਦੀ ਰੋਜ਼ਾਨਾ ਇਹਨਾਂ ਦੀਆਂ ਕਲਾਸਿਸ ਲੱਗਦੀਆਂ ਸੀਗੀਆਂ, ਹਿਸਟਰੀ ਦੀਆਂ, ਗੁਰਮਤਿ ਦੀਆਂ, ਗੱਤਕਾ, ਕੀਰਤਨ, ਇਹ ਵੱਖਰੀਆਂ ਵੱਖਰੀਆਂ ਕਲਾਸਿਸ ਲੱਗਦੀਆਂ ਸੀਗੀਆਂ ਅਤੇ ਹਰ ਕਲਾਸ ਦੇ ਵਿੱਚ ਅਸੀਂ ਚਾਹੁੰਦੇ ਸੀਗੇ ਕਿ ਮਾਤਾ ਭਾਗ ਕੌਰ ਦੀ ਇੰਸਪੀਰੇਸ਼ਨ ਅਤੇ ਨਾਲੇ ਜਿਹੜੀ ਸਾਡੇ ਥੀਮ ਸ਼ਬਦ ਦੀ ਜਿਹੜੇ ਉਹਨਾਂ ਮੀਨਿੰਗਸ ਹੈਗੇ ਸੀਗੇ ਉਹ ਅਸੀਂ ਬੱਚਿਆਂ ਨੂੰ ਸਮਝਾਉਂਦੇ ਸੀਗੇ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ। ਥੀਮ ਸ਼ਬਦ ਦੇ ਨਾਲ ਅਸੀਂ ਹੋਰ ਵੀ ਸ਼ਬਦ ਤਿਆਰ ਕੀਤੇ ਹੈਗੇ ਆ, ਜਿਵੇਂ ਸੂਰਾ ਸੋ ਪਹਿਚਾਨੀਆ ਜੋ ਲੜੇ ਦਿਨ ਕਹੇ, ਇਹ ਜੇ ਅਸੀਂ ਸ਼ਬਦ ਤਿਆਰ ਕੀਤੀ ਸੀ ਕੀਤੇ ਸੀ ਬੱਚਿਆਂ ਵਾਸਤੇ, ਸੋ ਕੱਲ੍ਹ ਨੂੰ ਜੋ ਉਹ ਆਪਣੇ ਘਰਾਂ ਵਿੱਚ ਜਾਣ, ਸਕੂਲਾਂ ਵਿੱਚ ਜਾਣ, ਉਹਨਾਂ ਨੂੰ ਪਤਾ ਹੋਵੇ ਕਿ ਸਿੱਖੀ ਸਿੱਦਕ ਕੀ ਆ, ਕਿਵੇਂ ਮਾਤਾ ਭਾਗ ਕੌਰ ਨੇ ਕਿ ਉਹਨਾਂ ਦਾ ਜਿਗਰਾ ਕਿੰਨਾ ਵੱਡਾ ਸੀਗਾ ਅਤੇ ਕਿਵੇਂ ਉਹਨਾਂ ਨੇ 40 ਮੁਕਤਿਆਂ ਨੂੰ ਲੀਡ ਕਰਕੇ ਵਾਪਸ ਲੈ ਕੇ ਗਏ ਗੁਰੂ ਸਾਹਿਬ ਵੱਲ। ਬੱਚੇ ਬਹੁਤ ਜ਼ਿਆਦਾ ਐਕਸਾਈਟਡ ਸੀ, ਮਤਲਬ ਜੇ ਮਤਲਬ ਉਹਨਾਂ ਨੂੰ ਯੂ ਹੈਡ ਟੂ ਸੀ ਦੇ ਇੱਕ ਸਾਰੇ ਗਮ ਜਿਹੜਾ ਸਰਗਮ ਵੀ ਵਜਾ ਲੈਂਦੇ ਸੀ ਅਤੇ ਉਹਨਾਂ ਦੇ ਅੰਦਰ ਬਹੁਤ ਉਤਸ਼ਾਹ, ਬਹੁਤ ਖੁਸ਼ੀ ਹੁੰਦੀ ਸੀ ਉਹਨਾਂ ਨੂੰ ਕਿ ਅਸੀਂ ਕਰ ਪਾ ਰਹੇ ਹਾਂ, ਅਸੀਂ ਕੀਰਤਨ ਸਿੱਖ ਰਹੇ ਹਾਂ, ਅਸੀਂ ਗੁਰੂ ਨਾਲ ਜੁੜ ਰਹੇ ਹਾਂ। ਕੈਂਪ ਦੇ ਅੰਤ 'ਚ ਬੱਚਿਆਂ ਨੇ ਕੀਰਤਨ ਗਾਇਨ 'ਚ ਭਗਤ ਕਬੀਰ ਜੀ ਵੱਲੋਂ ਲਿਖਿਤ ਸ਼ਬਦ ਗਾਇਨ ਕਰਕੇ ਅਲੌਕਿਕ ਦ੍ਰਿਸ਼ ਸਭ ਅੱਗੇ ਪੇਸ਼ ਕੀਤਾ। ਆਰੀਏ ਮੀਤੋ ਆਰਿਸਨੋ
ਜਿਸ ਕੈਂਪ ਦੇ ਅੰਤ 'ਚ ਬੱਚਿਆਂ ਨੇ ਗੱਤਕੇ ਦੇ ਜੌਹਰ ਵੀ ਦਿਖਾਏ। ਮੈਂ ਹਰਜੀਤ ਢੇਸੀ, ਕੈਮਰਾਮੈਨ ਤੇਜਵੰਤ ਤੇਜੀ ਦੇ ਨਾਲ, ਗਲੋਬਲ ਪੰਜਾਬ ਟੀਵੀ, ਡੈਲਸ, ਟੈਕਸਸ। ਇੱਕ ਵਾਰ ਤੁਹਾਡਾ ਸਵਾਗਤ ਹੈ। ਰੁੱਖ ਕਰ ਲੈਂਦੇ ਹਾਂ ਕੁਝ ਹੋਰ ਖਬਰਾਂ ਵੱਲ। ਆਮ ਆਦਮੀ ਪਾਰਟੀ ਜੋ ਕਿ ਭਾਰਤ ਦੇ ਲੋਕਾਂ ਦੀ ਆਵਾਜ਼ ਬਣਦੀ ਜਾ ਰਹੀ ਹੈ, ਦਿੱਲੀ ਤੋਂ ਬਾਅਦ ਪੰਜਾਬ ਅੰਦਰ ਆਪ ਦਾ ਪ੍ਰਭਾਵ ਕਾਫੀ ਜ਼ਿਆਦਾ ਵੇਖਣ ਨੂੰ ਮਿਲ ਰਿਹਾ। ਆਪ ਦੀ ਮਾਘੀ ਦੀ ਕਾਨਫਰੰਸ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੇ ਚੱਲਦਿਆਂ ਹੀ ਨਿਊਯਾਰਕ 'ਚ ਆਮ ਆਦਮੀ ਪਾਰਟੀ ਦੀ ਇਕਾਈ ਦਾ ਗਠਨ ਕੀਤਾ ਗਿਆ। ਇਸ ਬਾਰੇ ਦੇਖਦਿਆਂ ਗਿੱਲ ਪ੍ਰਦੀਪ ਦੀ ਰਿਪੋਰਟ ਕੀ ਕਹਿੰਦੀ ਹੈ। ਦੁਨੀਆ ਭਰ ਦੇ ਪੰਜਾਬੀਆਂ ਨੂੰ ਇਸ ਵਾਰ ਆਮ ਆਦਮੀ ਪਾਰਟੀ ਤੋਂ ਵੱਡੀ ਉਮੀਦ ਹੈ। ਆਪ ਨੂੰ ਪੰਜਾਬੀ ਸਿਸਟਮ ਵਿੱਚ ਬਦਲਾਅ ਵਾਲੀ ਪਾਰਟੀ ਦੇ ਰੂਪ ਵਿੱਚ ਦੇਖ ਰਹੇ ਨੇ। ਇਸੇ ਤਹਿਤ ਹੀ ਨਿਊਯਾਰਕ ਵਿੱਚ ਵੀ ਪੰਜਾਬੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਨਿਊਯਾਰਕ ਇਕਾਈ ਦਾ ਗਠਨ ਕਰਨ ਲਈ ਇੱਕ ਪਲੇਠੀ ਮੀਟਿੰਗ ਰਿਚਮੌਂਡ ਹਿੱਲ ਦੇ ਫਲੇਵਰ ਫੀ ਰੈਸਟੋਰੈਂਟ ਵਿੱਚ ਕੀਤੀ ਗਈ, ਅਤੇ ਜਿਸ ਵਿੱਚ ਨਿਊਯਾਰਕ ਦੀਆਂ ਕੁਝ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਈਆਂ ਅਤੇ ਉਹਨਾਂ ਆਪਣੇ ਵਿਚਾਰ ਰੱਖੇ ਅਤੇ ਸਭ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ। ਜੋ ਫਲੇਵਰ ਫਾਈਵ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਕ ਮੀਟਿੰਗ ਅਰੇਂਜ ਕੀਤੀ ਗਈ ਜਿਸ 'ਤੇ ਬਹੁਤ ਭਰਮਾ ਹੁੰਗਾਰਾ ਮਿਲਿਆ ਹੈ, ਅਤੇ ਮੇਰੇ ਬਹੁਤ ਸਾਰੇ ਵੀਰ ਜਿਨ੍ਹਾਂ ਨੂੰ ਆਪਣੇ ਪੰਥ ਨਾਲ, ਆਪਣੇ ਪੰਜਾਬ ਨਾਲ ਦਰਦ ਹੈ, ਸਾਰੇ ਇਸ ਵਿੱਚ ਸ਼ਾਮਲ ਹੋਏ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਉਣ ਵਾਲੀਆਂ ਇਲੈਕਸ਼ਨ ਹਨ ਉਸ ਦੇ ਵਿੱਚ ਚੇਂਜਿੰਗ ਲਿਆਉਣ ਲਈ ਸਾਰਿਆਂ ਨੇ ਪ੍ਰਣ ਕੀਤਾ ਹੈ। ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਆ, ਇਹ ਆਸ ਨੂੰ ਵੱਧ ਆਪਣੇ ਵਿੱਚ ਜਾਗਰੂਕ ਕਰਦੇ ਹੋਏ ਕਿ ਆਓ ਆਪਾਂ ਦੋਨੋਂ ਪਾਰਟੀਆਂ ਵੇਖ ਚੁੱਕੇ ਹਾਂ, ਅੱਗੇ ਇਹ ਜਿਹੜੀ ਨਵੀਂ ਪਾਰਟੀ ਆ ਇਹ ਕਾਮਯਾਬ ਹੋਊਗੀ ਔਰ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਦੇ ਭਲੇ ਵਾਸਤੇ ਹੋਊਗੀ। ਆਓ ਸਾਰੇ ਇਸ ਵਿੱਚ ਵੱਧ ਚੜ੍ਹ ਕੇ ਸਾਥ ਦਈਏ ਜੀ। ਪ੍ਰੋਬਲਮਾਂ ਪੰਜਾਬ ਵਿੱਚ ਆਉਂਦੀਆਂ ਨੇ, ਅਸੀਂ ਜਾਣਦੇ ਹਾਂ, ਅਤੇ ਅਸੀਂ ਉਹਨਾਂ ਨੂੰ ਹੱਲ ਕਰਾ ਸਕੀਏ, ਇਸ ਪਾਰਟੀ ਨੂੰ ਜਿਤਾ ਕੇ ਅੱਗੇ ਲਈਏ, ਕਿਉਂਕਿ ਇਹ ਸੱਚੀ ਪਾਰਟੀ ਹੈ। ਬਾਕੀ ਪਹਿਲਾਂ ਤਾਂ ਬੜਾ ਲੁੱਟ ਖਾਧਾ ਸਾਨੂੰ, ਲੇਕਿਨ ਅਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ ਜਾਂ ਉੱਥੇ ਆਪਣੇ ਸਾਡੇ ਜੋ ਸੱਜਣ ਮਿੱਤਰ ਨੇ ਉਹਨਾਂ ਨੂੰ ਅਸੀਂ ਸੇਫ ਕਿਵੇਂ ਕਰ ਰੱਖ ਸਕਦੇ ਹਾਂ। ਆਪ ਸੰਗਤਾਂ ਅੱਗੇ ਬੇਨਤੀ, ਸਾਰੇ NRI ਵੀਰਾਂ ਅੱਗੇ ਬੇਨਤੀ ਹੈ, ਸਾਰੇ ਹੀ ਸਾਥ ਦਿਓ। ਸਾਡਾ ਅੱਜ ਦਾ ਜਿਹੜਾ ਮੇਨ ਸੀਗਾ ਇੱਥੇ ਇਕੱਠੇ ਹੋਣ ਦਾ, ਸਿਰਫ ਇਹੀ ਸੀਗਾ ਕਿ ਇੱਕ ਸੱਚੀ ਸੁੱਚੀ ਸੋਚ ਵਾਲੇ ਅਸੀਂ ਜਿਹੜੇ ਆ ਬੰਦਿਆਂ ਦੇ ਮਗਰ ਜਾਈਏ ਅਤੇ ਸੱਚੀ ਸੁੱਚੀ ਸੋਚ ਦੇ ਜਿਹੜੇ ਲੋਕ ਆ ਉਹ ਸਾਡੀ ਅਗਵਾਈ ਕਰਨ, ਅਤੇ ਸਾਡੇ ਵੀ ਇੱਥੇ ਜਿੰਨੇ ਭਰਾ ਆਏ ਆ ਸਾਰੇ ਸੱਚੀ ਸੁੱਚੀ ਸੋਚ ਰੱਖਣ ਵਾਲੇ ਅਤੇ ਸਾਫ਼ ਸੁਥਰੇ ਬੰਦੇ ਆ, ਅਤੇ ਅਸੀਂ ਚਾਹੁੰਦੇ ਹਾਂ ਕਿ ਸਟਰਕਚਰ ਜਿਹੜਾ ਵੱਡੇ ਲੈਵਲ 'ਤੇ ਅਸੀਂ ਇਹਨੂੰ ਤਿਆਰ ਕਰੀਏ। ਅੱਜ ਪੰਜਾਬ ਨੂੰ ਲੋੜ ਆ ਜਿਵੇਂ ਕਿ ਚੇਂਜ ਦੀ, ਅਤੇ ਕੇਜਰੀਵਾਲ ਦੀ ਸੋਚ ਦੇ ਨਾਲ ਤੁਰੀਏ। ਜਿੰਨੇ ਵੀ ਸਾਡਾ ਯੂਥ ਆ ਉਹਨਾਂ ਨੂੰ ਪ੍ਰੇਰਿਤ ਕਰਦੇ ਹਾਂ ਕਿ ਕੇਜਰੀਵਾਲ ਦੀ ਸੋਚ 'ਤੇ ਤੁਰੋ ਅਤੇ ਪੰਜਾਬ ਨੂੰ ਬਚਾਓ। ਅਤੇ ਇੱਕ ਬੜੀ ਨਵੀਂ ਵਧੀਆ ਸ਼ੁਰੂਆਤ ਹੈਗੀ ਹੈ, ਔਰ ਅਸੀਂ ਸਾਰੇ ਕੋਸ਼ਿਸ਼ ਕਰਾਂਗੇ ਕਿ ਜਿਸ ਵੀ ਤਰੀਕੇ ਦੇ ਨਾਲ ਫਿਊਚਰ ਦੇ ਵਿੱਚ ਜ਼ਰੂਰਤ ਹੋਵੇ, ਐਜ਼ ਏ ਵਲੰਟੀਅਰ, ਐਜ਼ ਏ ਮੈਂਬਰ ਸਾਰੇ ਅਸੀਂ ਨਾਲ ਹੈਗੇ ਹਾਂ, ਅਤੇ ਇਸ ਤਰ੍ਹਾਂ ਹੀ ਨਾਲ ਰਵਾਂਗੇ। ਅੱਜ ਆਮ ਪਾਰਟੀ ਦਾ ਇੱਕ ਢਾਂਚਾ ਤਿਆਰ ਕਰ ਲਈ, ਜਿੰਨੇ ਵੀ ਗਰੁੱਪ ਆ ਨਿਊਯਾਰਕ ਦੇ ਵਿੱਚ ਇਕੱਠੇ ਆਏ ਆ ਉਹਨਾਂ ਸਾਰਿਆਂ ਦੇ ਪਹਿਲੋਂ ਅਸੀਂ ਗੱਲਬਾਤ ਆਪਸ ਵਿੱਚ ਕੀਤੀ ਆ ਵੀ ਅਸੀਂ ਕੀ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਸੁਧਾਰ ਹੋਵੇ, ਉਹ ਕੌਣ ਕਰ ਸਕਦੀ ਆ, ਉਹ ਸਿਰਫ ਆਮ ਆਦਮੀ ਪਾਰਟੀ ਕਰ ਸਕਦੀ ਆ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਹੱਕ ਸੱਚ ਉੱਤੇ ਪਹਿਰਾ ਦੇਣ ਵਾਲੀ ਮਾਲਵਾ ਬ੍ਰਦਰਸ ਆਰਗੇਨਾਈਜੇਸ਼ਨ ਆਫ USA ਵੱਲੋਂ ਵੀ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਜਾ ਰਹੀ ਹੈ। ਇਸ ਆਰਗੇਨਾਈਜੇਸ਼ਨ ਦੇ ਇੰਦਰ ਗਿੱਲ ਤੇ ਬਿੱਟੂ ਸਿੱਧੂ ਵੀ ਇਸ ਮੀਟਿੰਗ 'ਚ ਸ਼ਾਮਲ ਸਨ। ਜਿਨ੍ਹਾਂ ਨੂੰ ਇੱਕ ਨਵੀਂ ਸੋਚ ਪ੍ਰਤੀ ਇੱਕ ਆਸਥਾ, ਪੰਜਾਬ ਪ੍ਰਤੀ, ਧਰਮ ਪ੍ਰਤੀ ਵੀ ਕੋਈ ਸੁਧਾਰ ਦੀ, ਕੋਈ ਚੇਂਜ ਦੀ ਉੱਥੇ ਹਵਾ ਵਗੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲਾ ਸਮਾਂ ਪੰਜਾਬ ਦਾ ਸੁਗਿਰਦ ਹੋਵੇ, ਇਸ ਲਈ ਅੱਜ ਇੱਥੇ ਦਾ ਇਹ ਇਕੱਠ ਇਨੀਸ਼ਲ ਇੱਕ ਸੋਚ ਦੇ ਤੌਰ 'ਤੇ ਆਮ ਆਦਮੀ ਪਾਰਟੀ ਦਾ ਇੱਕ ਸਟਰਕਚਰ ਕ੍ਰੀਏਟ ਕਰਨ ਵਾਸਤੇ ਅਸੀਂ ਇਕੱਠੇ ਹੋਏ ਹਾਂ। ਅਤੇ ਉਹੀ ਲੀਡਰ ਸੀ ਗ੍ਰੈਂਡਫਾਦਰ ਉਹਨਾਂ ਦੇ, ਅਤੇ ਸਾਡੇ ਵੀ ਉਹੀ ਆ। ਮੈਨੂੰ ਲੱਗਦਾ ਗਾਂਹ ਵਾਲੀ ਜਨਰੇਸ਼ਨ ਦੇ ਵਿੱਚ ਸਾਨੂੰ ਲੀਡਰ ਚਾਰ ਨੂੰ ਚੇਂਜ ਕਰਨ ਦੀ ਲੋੜ ਆ ਗਈ ਹੈ, ਅਤੇ ਪਲੀਜ਼
ਬਾਹਲੀਆਂ ਗੱਲਾਂ ਨਹੀਂ ਅਸੀਂ ਕਰਦੇ, ਅਸੀਂ ਕਹਿੰਦੇ ਵੀ ਆਮ ਆਦਮੀ ਪਾਰਟੀ ਨੂੰ ਅੱਗੇ ਲਿਆਓ ਅਤੇ ਪੰਜਾਬ ਨੂੰ ਸਦਾ ਵਾਸਤੇ ਬਚਾਓ। ਜੇ ਹੁਣ ਆਪਾਂ ਖੁੰਝ ਗਏ ਤਾਂ ਦੁਬਾਰਾ ਅਸੀਂ ਕੁਛ ਵੀ ਨਹੀਂ ਕਰ ਸਕਦੇ। ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਬਾਅਦ ਹੁਣ ਕਿਸ ਤਰ੍ਹਾਂ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣਗੇ। ਆਮ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦ ਹੈ। 2017 ਲਈ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੀ ਨੀਤੀ ਤਿਆਰ ਕਰਦੀ ਹੈ ਇਹ ਤਾਂ ਸਮਾਂ ਹੀ ਦੱਸ ਸਕਦਾ। ਪਰ ਫਿਲਹਾਲ ਆਮ ਆਦਮੀ ਪਾਰਟੀ ਲਈ ਪੈਂਡਾ ਤਾਂ ਔਖਾ ਹੈ ਪਰ ਮੰਜ਼ਿਲ ਦੂਰ ਨਹੀਂ। ਨਿਊਯਾਰਕ ਤੋਂ ਗਿੱਲ ਪ੍ਰਦੀਪ ਦੇ ਨਾਲ ਅਰਸ਼ਦੀਪ ਸਿੰਘ, ਗਲੋਬਲ ਪੰਜਾਬ ਟੀਵੀ। ਹੁਣ ਗੱਲ ਕੈਨੇਡਾ ਦੀ। ਲਿਬਰਲ ਸਰਕਾਰ ਵੱਲੋਂ TFSA 10,000 ਤੋਂ ਘਟਾ ਕੇ $5,500 ਕਰ ਦਿੱਤਾ ਗਿਆ। ਇਸ ਬਾਰੇ ਸਾਡੀ ਪ੍ਰਤੀਨਿਧ ਅੰਮ੍ਰਿਤ ਭੱਟੀ ਵੱਲੋਂ ਖਾਲਸਾ ਕ੍ਰੈਡਿਟ ਯੂਨੀਅਨ ਦੇ ਪ੍ਰਬੰਧਕਾਂ ਨਾਲ ਖਾਸ ਗੱਲਬਾਤ ਕੀਤੀ ਗਈ। ਲਿਬਰਲ ਸਰਕਾਰ ਨੇ TFSA ਟੈਕਸ ਫ੍ਰੀ ਸੇਵਿੰਗਸ ਅਕਾਊਂਟ ਦਾ ਰੂਮ 10,000 ਤੋਂ ਘੱਟ ਕੇ $5,500 ਕਰ ਦਿੱਤਾ ਹੈ। ਇਸ ਬਾਰੇ ਹੋਰ ਜਾਣਕਾਰੀ ਦੇਣਗੇ ਖਾਲਸਾ ਕ੍ਰੈਡਿਟ ਯੂਨੀਅਨ ਤੋਂ ਮਿਸਟਰ ਮਹਿਤਾ। ਲਿਬਰਲ ਗੌਰਮੈਂਟ ਦੇ ਬਜਟ ਵਿੱਚ ਸੀਗਾ ਕਿ ਉਹਨਾਂ ਨੇ TFSA ਦੀ ਜਿਹੜੀ ਲਿਮਿਟ ਹੈਗੀ ਹੈ ਉਹ 10,000 ਸੀਗੀ, ਉਹਨੂੰ ਘਟਾ ਕੇ 5,500 ਕਰ ਦੇਣੀ ਹੈਗੀ ਹੈ। ਸੋ ਉਹ ਹੁਣ ਜਨਵਰੀ 2016 ਤੋਂ ਜਿਨ੍ਹਾਂ ਨੇ ਕੰਟਰੀਬਿਊਸ਼ਨ ਕਰਨੀ ਹੈਗੀ ਹੈ ਬੇਸਡ ਔਨ 2015 ਨੰਬਰਸ, ਉਹ 5,500 ਹੀ ਕਰ ਸਕਦੇ ਨੇ, 10,000 ਨਹੀਂ ਕਰ ਸਕਦੇ। ਬਟ ਇਹਦੇ ਵਿੱਚ ਜਿਨ੍ਹਾਂ ਲੋਕਾਂ ਨੇ ਲਾਸਟ ਈਅਰ ਦੀ 10,000 ਕਰਵਾਈ ਸੀ, ਕੀ ਉਹਨਾਂ ਨੂੰ ਮਨੀ ਵਿਦਡਰਾਅ ਕਰਨੀ ਪਏਗੀ ਜਾਂ ਉਹਦੇ ਉੱਪਰ ਟੈਕਸ ਦੇਣਾ ਪਏਗਾ, ਜਾਂ ਉਹ ਬਿਲਕੁਲ ਠੀਕ ਹੈ 10,000? ਉਹ 10,000 ਉਹਨਾਂ ਨਾਲ ਕੋਈ ਕੰਸਰਨ ਨਹੀਂ, ਉਹ 10,000 ਐਜ਼ ਇਟ ਆਪਣੇ ਅਕਾਊਂਟ 'ਚ ਰੱਖ ਸਕਦੇ ਨੇ, ਉਹਦੀ ਕੋਈ ਲਾਇਬਿਲਿਟੀ ਨਹੀਂ ਹੋਏਗੀ ਉਹਨਾਂ 'ਤੇ, ਉਹਨਾਂ 'ਤੇ ਉਹਨਾਂ 'ਤੇ ਕੋਈ ਟੈਕਸ ਨਹੀਂ ਪਏਗਾ। ਪਰ ਗੋਇੰਗ ਫੋਰਵਰਡ 5,500 ਤੋਂ ਉੱਤੇ ਜੋ ਜਮ੍ਹਾਂ ਕਰਾਉਣਗੇ ਜ਼ਿਆਦਾ, ਫਿਰ ਉਹਨਾਂ ਨੂੰ ਪੈਨਲਟੀਜ਼ ਪੈ ਸਕਦੀਆਂ ਹੈਗੀਆਂ ਨੇ। ਆਲਰਾਈਟ, ਐਂਡ ਦ ਅਦਰ ਥਿੰਗ ਇਜ਼ ਕਿ ਅਮਾਊਂਟ ਜਿਹੜਾ ਰੂਮ ਹੈਗਾ ਉਹ ਘਟਾਉਣ ਦੇ ਨਾਲ ਜਨਤਾ ਜਿਹੜੀ ਹੈਗੀ ਹੈ, ਤੁਹਾਡੇ ਮੈਂਬਰਸ ਜਿਹੜੇ ਹੈਗੇ ਨੇ, ਉਹ ਖੁਸ਼ ਨੇ ਜਾਂ ਨਾ ਖੁਸ਼ ਨੇ? ਮੈਂਬਰਸ ਨੂੰ ਉਹਦਾ ਬੈਨੀਫਿਟ ਮਿਲਦਾ ਸੀ ਕਿਉਂਕਿ ਜਿੰਨਾ ਵੀ ਉਹ TFSA ਡਿਪੋਜ਼ਿਟ ਕਰਦੇ ਨੇ ਉਹਨਾਂ ਨੂੰ ਇੰਟਰਸਟ ਸੇਵ ਹੁੰਦਾ ਸੀ। ਸੋ ਮੈਂਬਰ ਪੁਆਇੰਟ ਆਫ ਵਿਊ ਨੂੰ ਤਾਂ ਖੁਸ਼ੀ ਦੀ ਗੱਲ ਨਹੀਂ ਹੈਗੀ ਹੈ, ਪਰ ਇਕਾਨਮੀ ਨੂੰ ਦੇਖਦੇ ਹੋਏ ਗੌਰਮੈਂਟ ਨੇ ਕੋਈ ਡਿਸੀਜਨਸ ਲਿੱਤੇ ਹੈਗੇ ਨੇ। ਸੋ ਤੁਹਾਨੂੰ ਕੀ ਲੱਗਦਾ ਹੈਗਾ ਕਿ ਸਾਰੇ ਮੈਂਬਰਸ ਜਿਹੜੇ ਹੈਗੇ ਨੇ, ਕੀ ਉਹ ਪੂਰੀ ਦੀ ਪੂਰੀ ਅਮਾਊਂਟ ਹੈ ਉਹ ਜਮ੍ਹਾਂ ਕਰਵਾਉਂਦੇ ਸੀ ਜੇ 5,500 ਸੀ ਜਾਂ 10,000 ਸੀ, ਕਿ ਸਾਰੇ ਲੋਕ ਪੂਰੀ ਦੀ ਪੂਰੀ ਅਮਾਊਂਟ ਉਸੇ ਰੂਮ ਦੇ ਹਿਸਾਬ ਨਾਲ ਜਮ੍ਹਾਂ ਕਰਵਾਉਂਦੇ ਸੀ? ਸਾਰੇ ਮੈਂਬਰਸ ਨਹੀਂ ਕਰਾਉਂਦੇ, ਪਰ ਬਹੁਤ ਸਾਰੇ ਮੈਂਬਰਸ ਜਿਹੜੇ ਕਰ ਸਕਦੇ ਨੇ ਉਹ ਲਿਮਿਟ ਦਾ ਪੂਰਾ ਐਡਵਾਂਟੇਜ ਲੈ ਰਹੇ ਸੀਗੇ, ਗੋਇੰਗ ਫੋਰਵਰਡ ਉਹ ਐਡਵਾਂਟੇਜ ਨਹੀਂ ਲੈ ਪਾਉਣਗੇ। ਮਿਸਟਰ ਮਹਿਤਾ, ਜੇ ਕੋਈ ਇਨਸਾਨ ਜਿਹੜਾ 5,500 ਤੋਂ ਜ਼ਿਆਦਾ ਅਮਾਊਂਟ ਜਿਹੜੀ ਹੈ ਉਹ TFSA ਦੇ ਵਿੱਚ ਜਮ੍ਹਾਂ ਕਰਵਾਉਂਦਾ, ਤਾਂ ਫਿਰ ਉਹਦੇ ਕੌਨਸੀਕੁਐਂਸਿਸ ਕੀ ਹੋਣਗੇ? ਜਿੰਨਾ ਅਮਾਊਂਟ ਵੀ ਉਹ 5,500 ਤੋਂ ਜ਼ਿਆਦਾ ਜਮ੍ਹਾਂ ਕਰਾਉਂਦਾ ਹੈ ਉਹਦੇ 'ਤੇ 1% ਟੈਕਸ ਲੱਗ ਜਾਣਾ ਉਹਨਾਂ ਨੂੰ। $5,500 ਹੋਏਗਾ, ਸੋ ਉਸ ਤੋਂ ਜ਼ਿਆਦਾ ਰਾਸ਼ੀ ਜਮ੍ਹਾਂ ਕਰਵਾਉਣ ਦੇ ਉੱਪਰ ਟੈਕਸ ਲੱਗੇਗਾ। ਸੋ ਪਲੀਜ਼ ਓਨੀ ਹੀ ਰਾਸ਼ੀ ਜਮ੍ਹਾਂ ਕਰਵਾਈ ਜਾਵੇ ਤਾਂ ਹੀ ਸਾਰਿਆਂ ਲਈ ਚੰਗਾ ਹੈ। ਮੈਂ ਅੰਮ੍ਰਿਤ ਭੱਟੀ ਵਿਦ ਕੈਮਰਾਮੈਨ ਅਮਿਤ ਪਨੇਸਰ ਐਟ ਚੈਨਲ ਪੰਜਾਬੀ ਸਰੀ। ਇੰਡੀਅਨ ਐਸੋਸੀਏਸ਼ਨ ਆਫ ਲੌਂਗ ਇਜ਼ਲੈਂਡ ਵੱਲੋਂ 22 ਜਨਵਰੀ ਨੂੰ ਸੂਫੋ ਕਾਉਂਟੀ 'ਚ ਇੱਕ ਸ਼ਾਨਦਾਰ ਸਹੁੰ ਚੁੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ 'ਚ ਨਿਊਯਾਰਕ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਸਹੁੰ ਚੁੱਕ ਸਮਾਗਮ ਬਾਰੇ ਦੇਖਦਿਆਂ ਗਿੱਲ ਪ੍ਰਦੀਪ ਦੀ ਖਾਸ ਰਿਪੋਰਟ। ਇੰਡੀਅਨ ਐਸੋਸੀਏਸ਼ਨ ਆਫ ਲੌਂਗ ਆਈਲੈਂਡ ਪਿਛਲੇ 37 ਸਾਲ ਤੋਂ ਨਿਊਯਾਰਕ 'ਚ ਭਾਰਤੀਆਂ ਵੱਲੋਂ ਬਣਾਈ ਸਰਗਰਮ ਸੰਸਥਾ ਹੈ। ਇਹ ਸੰਸਥਾ ਸਮੇਂ-ਸਮੇਂ ਉੱਤੇ ਭਾਰਤੀ ਸੱਭਿਆਚਾਰ ਨੂੰ ਦਰਸਾਉਂਦੇ ਪ੍ਰੋਗਰਾਮਾਂ ਦਾ ਆਯੋਜਨ ਕਰਦੀ ਹੈ। ਇਸ ਸੰਸਥਾ ਦੇ ਕਰੀਬ 1750 ਮੈਂਬਰ ਨੇ। ਕੁਝ ਦਿਨ ਪਹਿਲਾਂ ਇੰਡੀਅਨ ਐਸੋਸੀਏਸ਼ਨ ਆਫ ਆਈਲੈਂਡ ਦੀ ਐਗਜ਼ੀਕਿਊਟਿਵ ਕਮੇਟੀ ਦੀ ਚੋਣ ਹੋਈ, ਜਿਸ ਵਿੱਚ ਬੀਨਾ ਕੋਠਾਰੀ ਨੂੰ ਪ੍ਰਧਾਨ ਚੁਣਿਆ ਗਿਆ। ਇਸੇ ਤਹਿਤ ਹੀ ਇਸ ਐਸੋਸੀਏਸ਼ਨ ਵੱਲੋਂ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ,
ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਸਬੂਤ ਦਿੱਤਾ ਕਿ ਸੰਸਥਾ ਆਮ ਲੋਕਾਂ ਵਿੱਚ ਵੀ ਕਾਫੀ ਲੋਕਪ੍ਰਿਯ ਹੈ। ਇਸ ਤੋਂ ਬਾਅਦ ਗੱਲਬਾਤ ਦੌਰਾਨ ਬੀਨਾ ਕੋਠਾਰੀ ਨੇ ਸੰਸਥਾ ਬਾਰੇ ਵਿਸਥਾਰ ਪੂਰਵਕ ਦੱਸਿਆ। बहुत पुरानी एसोसिएशन है, सबसे पुरानी लॉन्ग आइलैंड की है और बहुत सारे मेंबर्स हैं। हम लोग बहुत सारी डिफरेंट डिफरेंट एक्टिविटीज़ करते हैं यहाँ पे एंड सर्टनली हम सब आपको चाहते हैं कि आप सब आओ, हमें भी हेल्प कीजिए और आप भी आके हमारे साथ मिलिए जुलिए। बहुत सारे संगीत फोरम होते हैं, वी डू द एजुकेशनल, वी डू नेटवर्किंग, वी डू द बिजनेस फोरम। इस संस्था के पुराने प्रधान सतनाम सिंह परिहार सन, जिन्होंने अपनी प्रधानगी बीना कोठारी नू दे दिती है। ਸਤਨਾਮ ਸਿੰਘ ਪਰਿਹਾਰ ਵੱਲੋਂ ਵੀ ਗਲੋਬਲ ਪੰਜਾਬ ਟੀਵੀ ਰਾਹੀਂ ਨਵੀਂ ਪ੍ਰਧਾਨ ਨੂੰ ਵਧਾਈਆਂ ਦਿੱਤੀਆਂ ਗਈਆਂ। ਇਹ ਜਿਹੜੀ ਐਸੋਸੀਏਸ਼ਨ ਹੈ ਬਹੁਤ 40 ਸਾਲ ਪੁਰਾਣੀ ਹੈ ਅਤੇ ਇਹਦੇ ਨਵੇਂ ਪ੍ਰਧਾਨ ਜਿਹੜੇ ਬਣੇ ਨੇ ਅਸੀਂ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਨੇ। ਉਹਨਾਂ ਦਾ ਬੀਨਾ ਕੋਠਾਰੀ ਅਤੇ ਹੋਰ ਸਾਰੀ ਟੀਮ ਜਿਨ੍ਹਾਂ ਨੇ ਬੜੀ ਚੰਗੀ ਟੀਮ ਆ, ਇਹ ਕਾਫੀ ਸਾਲਾਂ ਤੋਂ ਹੀ ਐਸੋਸੀਏਸ਼ਨ ਨਾਲ ਜੁੜੇ ਹੋਏ ਹਨ ਅਤੇ ਲੱਗਦਾ ਹੈ ਕਿ ਦੇ ਵਿਲ ਡੂ ਮੱਚ ਬੈਟਰ ਜੋਬ। ਇਸ ਮੌਕੇ ਕਾਉਂਟੀ ਐਗਜ਼ੀਕਿਊਟਿਵ ਅਤੇ ਹੋਰ ਕਈ ਅਮੈਰੀਕਨ ਲੀਡਰ ਵੀ ਪਹੁੰਚੇ ਹੋਏ ਸਨ। ਭਾਰਤੀ ਸੱਭਿਆਚਾਰ ਨੂੰ ਪੇਸ਼ ਕਰਦੇ ਹੋਏ ਨ੍ਰਿਤ ਦੀਆਂ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਬਾਹਰਲੇ ਮੁਲਕਾਂ ਵਿੱਚ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਬਹੁਤ ਜ਼ਰੂਰੀ ਨੇ ਤਾਂ ਜੋ ਭਾਰਤ ਤੋਂ ਦੂਰ ਰਹਿ ਕੇ ਵੀ ਭਾਰਤੀ ਲੋਕਾਂ ਨਾਲ ਰਲ ਮਿਲ ਕੇ ਕੰਮ ਕੀਤਾ ਜਾ ਸਕੇ ਅਤੇ ਭਾਰਤ ਦੇ ਵਿਕਾਸ ਵਿੱਚ ਕੁਝ ਨਾ ਕੁਝ ਯੋਗਦਾਨ ਜ਼ਰੂਰ ਪਾਇਆ ਜਾ ਸਕੇ। ਨਿਊਯਾਰਕ ਤੋਂ ਗਿਲ ਪ੍ਰਦੀਪ ਦੇ ਨਾਲ ਅਰਸ਼ਦੀਪ ਸਿੰਘ, ਗਲੋਬਲ ਪੰਜਾਬ ਟੀਵੀ। ਤਮਾਲਾ ਅਕੈਡਮੀ ਦੀ ਸੋਨੀਆ ਚੇੜਾ ਅਤੇ ਉਸ ਦੀਆਂ ਸਾਥਣਾਂ ਵੱਲੋਂ ਸ਼ਨਕਾਟਾ ਬੰਗਾ ਦਾ 2016 ਦੀ ਟੀਮ ਦੇ ਸਹਿਯੋਗ ਨਾਲ ਲੰਘੇ ਸ਼ੁੱਕਰਵਾਰ ਦੀ ਸ਼ਾਮ ਨੂੰ ਪੀਕਾਕ ਰੈਸਟੋਰੈਂਟ ਫ੍ਰੀ ਮਾਊਂਟ ਵਿਖੇ ਇੱਕ ਧੰਨਵਾਦ ਦੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਬਾਰੇ ਨਜ਼ਰ ਮਾਰਦਿਆਂ ਜਗਦੇਵ ਪੰਡਾਲ ਦੀ ਖਾਸ ਰਿਪੋਰਟ ਉੱਤੇ। ਪਿਛਲੇ 3 ਸਾਲਾਂ ਤੋਂ ਇਸ ਪ੍ਰੋਗਰਾਮ ਲਈ ਨਾਚ ਅਤੇ ਕੋਰੀਓਗ੍ਰਾਫੀ ਕਰਨ ਵਾਲੀਆਂ ਇਹਨਾਂ ਕੁੜੀਆਂ ਨੇ ਕਿਹਾ ਕਿ ਸ਼ਨਕਾਟਾ ਬੰਗਾ ਦਾ ਨਾਂ ਸਿਰਫ ਕੈਲੀਫੋਰਨੀਆ 'ਚ ਨਹੀਂ ਸਗੋਂ ਵਿਸ਼ਵ 'ਚ ਵੱਸਦੇ ਸਮੁੱਚੇ ਪੰਜਾਬੀਆਂ ਅੰਦਰ ਉਤਸ਼ਾਹ ਪੈਦਾ ਕਰਦਾ ਹੈ। ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਵਾਲੇ ਮੁੱਖ ਪ੍ਰਬੰਧਕ ਅਤੇ ਕੀ ਇੰਟਰਨੈਸ਼ਨਲ ਇੰਟਰਟੇਨਮੈਂਟ ਦੇ ਸੰਚਾਲਕ ਐਸ ਅਸ਼ੋਕ ਭੌਰਾ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਮਨੋਰੰਜਨ ਵਜੋਂ ਸ਼ੁਰੂ ਕੀਤਾ ਗਿਆ ਸੀ ਪਰ ਹੁਣ ਇਹ ਇੱਕ ਜ਼ਿੰਮੇਵਾਰੀ ਬਣ ਗਿਆ। ਉਹਨਾਂ ਕ੍ਰਿਸ਼ਮਾ ਡਾਂਸ ਅਕੈਡਮੀ, ਗੀਤਮਾਲਾ ਡਾਂਸ ਅਕੈਡਮੀ, ਹਾਸਰਸ ਕਲਾਕਾਰ ਵਲਜੀਵ, ਵਿਜੇ ਪੌਪੀ ਅਤੇ ਦਰਸ਼ਨ ਕਹਿਲ ਦੇ ਰੰਗ ਨੂੰ ਸਲਾਹਾਇਆ। ਉਹਨਾਂ ਗਲੋਬਲ ਪੰਜਾਬ ਦੀ ਪੂਰੀ ਟੀਮ, ਖਾਸ ਕਰ ਹਰਭਜਨ ਸਿੰਘ ਅਤੇ ਸੁਨੀਲ ਹਾਲੀ ਹੋਰਾਂ ਦਾ ਧੰਨਵਾਦ ਕੀਤਾ। ਜਿਸ ਤਰ੍ਹਾਂ ਦੀ ਇਸ ਪ੍ਰੋਗਰਾਮ ਨੂੰ ਮੁਹੱਬਤ ਮਿਲੀ ਆ, ਪਿਆਰ ਮਿਲਿਆ ਅਤੇ ਮੈਨੂੰ ਲੱਗਦਾ ਕਿ ਮੇਰੀ ਜ਼ਿੰਮੇਵਾਰੀ 'ਚ ਵਾਧਾ ਹੋ ਗਿਆ ਅਤੇ ਮੈਂ ਅਗਲੇ ਸਾਲਾਂ 'ਚ ਕੋਸ਼ਿਸ਼ ਕਰਾਂਗਾ ਕਿ ਇਸ ਮੇਲੇ 'ਚ, ਇਸ ਸ਼ਨਕਾਟਾ ਬੰਗਾ ਦਾ ਪ੍ਰੋਗਰਾਮ 'ਚ ਹੋਰ ਬਹੁਤ ਸਾਰੀਆਂ ਸੱਭਿਆਚਾਰ ਦੀਆਂ ਵੰਨਗੀਆਂ ਦੀ ਸ਼ਮੂਲੀਅਤ ਕਰਕੇ ਸਹੀ ਅਰਥਾਂ ਵਿੱਚ ਪੰਜਾਬੀ ਸੰਗੀਤ ਨੂੰ ਅਤੇ ਪੰਜਾਬੀ ਜ਼ਬਾਨ ਨੂੰ ਕੁਛ ਅਰਥ ਪ੍ਰਦਾਨ ਕੀਤੇ ਜਾਣ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ 'ਚ ਸਹਿਯੋਗ ਦਿੱਤਾ। ਸਾਰੀਆਂ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਵੱਲੋਂ ਵੀ ਇਸ ਪ੍ਰੋਗਰਾਮ ਦੀ ਖੂਬ ਤਾਰੀਫ ਕੀਤੀ ਗਈ। ਸਾਰਿਆਂ ਵੱਲੋਂ ਸ਼ਨਕਾਟਾ ਬੰਗਾ ਦੇ ਪ੍ਰੋਗਰਾਮ ਨੂੰ ਸਲਾਹਿਆ ਜਾਣਾ ਇੱਕ ਸਫਲ ਉਪਰਾਲਾ ਸੀ। ਗੀਤਮਾਲਾ ਸੰਗੀਤ ਅਕੈਡਮੀ ਵੱਲੋਂ ਮੈਂ ਅਤੇ ਮੇਰੀਆਂ ਸਾਥਣਾਂ ਨੇ ਸ਼ਨਕਾਟਾ ਬੰਗਾ ਦਾ ਪ੍ਰੋਗਰਾਮ ਵਿੱਚ ਹਿੱਸਾ ਲਿਆ। ਸਾਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਅਤੇ ਦਰਸ਼ਕਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪਿਛਲੇ 3 ਸਾਲਾਂ ਤੋਂ ਇਸ ਪ੍ਰੋਗਰਾਮ ਨੂੰ ਨਵੇਂ ਸਾਲ 'ਤੇ ਐਸ ਅਸ਼ੋਕ ਭੋਰਾ ਜੀ ਕਰਾ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਪ੍ਰੋਗਰਾਮ ਬਹੁਤ ਸੋਹਣਾ ਹੋਇਆ। ਫ੍ਰੀਮੌਂਟ ਕੈਲੀਫੋਰਨੀਆ ਤੋਂ ਜਗਦੇਵ ਪੰਡਾਲ ਦੇ ਨਾਲ ਅਰਸ਼ਦੀਪ ਸਿੰਘ, ਗਲੋਬਲ ਪੰਜਾਬ ਟੀਵੀ। ਫਿਲਹਾਲ ਇਸ 30-ਮਿੰਟ ਸ਼ੋਅ ਵਿੱਚ ਇੰਨਾ ਹੀ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਸਰਗਰਮੀਆਂ ਦੇ ਨਾਲ। ਤੱਕ ਲਈ ਮੈਨੂੰ ਅਰਸ਼ਦੀਪ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਅਮੈਰੀਕਾ 'ਚ ਗਲੋਬਲ ਪੰਜਾਬ ਟੀਵੀ ਅਤੇ ਕੈਨੇਡਾ 'ਚ ਚੈਨਲ ਪੰਜਾਬੀ। ਸਤਿ ਸ਼੍ਰੀ ਅਕਾਲ।